ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਹਾਂਜੀ ਇਸ ਵੇਲੇ ਦੀ ਵੱਡੀ ਖਬਰ ਆ ਜੀ, ਕੈਪਟਨ ਅਮਰਿੰਦਰ ਸਿੰਘ ਨੇ ਅਚਾਨਕ ਪੰਜਾਬ 'ਚੋਂ ਇਹਨਾਂ ਲੋਕਾਂ ਲਈ ਕਰਤਾ ਇਹ ਵੱਡਾ ਐਲਾਨ, ਜਨਤਾ ਵਿੱਚੋਂ ਸ਼ਾਹੀ ਖੁਸ਼ੀ ਦੀ ਲਹਿਰ। ਹਾਂਜੀ ਸਰੋਤੇ ਵੀਰੋ, ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜ਼ਰੂਰ ਦੇਖ ਲੈਣਾ, ਤੁਹਾਨੂੰ ਪੂਰੀ ਖਬਰ ਬਾਰੇ ਪਤਾ ਚੱਲ ਜਾਵੇਗਾ। ਅਤੇ ਨਾਲ ਦੀ ਨਾਲ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਹਾਂਜੀ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਮੁੱਦੇ ਨੂੰ ਲੈ ਕੇ ਇਹ ਫੈਸਲਾ ਕੀਤਾ ਗਿਆ ਹੈ, ਜਿੱਥੇ ਇਹ ਮੁੱਦੇ ਨੂੰ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਇੱਕ ਮੀਟਿੰਗ ਦੌਰਾਨ ਲਿਆ ਗਿਆ ਸੀ। ਉੱਥੇ ਛੋਟੇ ਖਰਚਿਆਂ ਵਿੱਚ ਉਪਭੋਗਤਾਵਾਂ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹਾਂਜੀ ਇਸ ਦੇ ਤਹਿਤ ਸੂਬੇ ਦੇ ਹੁਣ ਫਸਲਾਂ ਅਤੇ ਸਬਜ਼ੀਆਂ ਦੇ ਪ੍ਰਚੂਨ ਬਾਜ਼ਾਰ ਵਿੱਚ ਉਪਭੋਗਤਾਵਾਂ ਦੇ ਖਰਚਿਆਂ ਨੂੰ ਚਾਲੂ ਵਿੱਤੀ ਸਾਲ ਦੇ 7 ਮਹੀਨਿਆਂ ਦੀ ਬਾਕੀ ਮਿਆਦ ਵਿੱਚ ਛੋਟ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਅਜਿਹੇ ਖਰਚੇ ਇਕੱਠੇ ਕਰਨ ਵਾਲੀਆਂ ਕਮੇਟੀਆਂ ਨੂੰ ਵੀ ਨਿੱਜੀ ਤੌਰ 'ਤੇ ਠੇਕੇ ਅਲਰਟ ਕੀਤੇ ਗਏ ਹਨ। ਇਸ ਦਾ ਫਾਇਦਾ ਰੇਹੜੀ ਅਤੇ ਫੜੀ ਵਿਕਰੇਤਾ ਨੂੰ ਹੋਵੇਗਾ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਰਾਤ ਦੇਣ ਨਾਲ ਪੰਜਾਬ ਮੰਡੀ ਬੋਰਡ ਦੇ ਖਜ਼ਾਨੇ ਨੂੰ 12 ਕਰੋੜ ਰੁਪਏ ਦੀ ਲਾਗਤ ਪਵੇਗੀ। ਇਸ ਦੀ ਵਰਤੋਂ ਮਾਰਕੀਟਿੰਗ ਕਮੇਟੀ ਮੰਡੀਆਂ ਦੇ ਬੁਨਿਆਦੀ ਢਾਂਚੇ ਲਈ ਕਰਨਗੀਆਂ। ਠੇਕੇਦਾਰਾਂ ਰਾਹੀਂ ਉਪਭੋਗਤਾਵਾਂ ਲਈ ਖਰਚੇ ਵੀ ਇਕੱਤਰ ਕੀਤੇ ਜਾਂਦੇ ਹਨ। ਇਸ ਫੈਸਲੇ ਬਾਰੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮੁੱਖ ਮੰਤਰੀ ਵੱਲੋਂ 1 ਸਤੰਬਰ 2021 ਤੋਂ 31 ਮਾਰਚ 2022 ਤੱਕ ਉਪਭੋਗਤਾਵਾਂ ਖਰਚਿਆਂ ਵਿੱਚ ਛੋਟ ਦਿੱਤੇ ਜਾਣ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਅਤੇ ਹਾਂਜੀ ਸਰੋਤੇ ਵੀਰੋ, ਇਸ ਦੇ ਨਾਲ ਹੀ ਇਹ ਸਾਡੀ ਖਬਰ ਇੱਥੇ ਸਮਾਪਤ ਹੁੰਦੀ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।